ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀ ਮੁਸਤੈਦੀ ਦੇ ਸਦਕਾ ਹੀ ਚੋਣ ਅਮਨ ਅਮਾਨ ਦੇ ਨਾਲ ਨਿਪਟ ਚੜੀ ਹੈ। ਜਾਖੜ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਚੋਣਾਂ ਵਿੱਚ ਧਾਂਦਲੀ ਦੇ ਇਲਜ਼ਾਮ ਬੇਬੁਨਿਆਦ ਨੇ। ਉਹਨਾਂ ਕਿਹਾ ਕਿ ਆਜ਼ਾਦ ਉਮੀਦਵਾਰ ਦੀ ਕੁੱਟਮਾਰ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਦਾ ਤੇ ਇਲੈਕਸ਼ਨ ਮਸ਼ੀਨਰੀ ਦਾ ਮੈਂ ਆਭਾਰੀ ਹਾਂ। ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਪੰਜਾਬ ਦੇ ਅੰਦਰ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੇ ਇਲੈਕਸ਼ਨ ਜਿਹੜੇ ਹੈ ਬਹੁਤ ਹੀ ਅੱਛੇ ਮਾਹੌਲ ਦੇ ਅੰਦਰ ਹੋਏ ਹੈ। ਚਾਹੇ ਸਾਡੇ ਸਾਥੀ ਕੁਛ ਵੀ ਕਹਿ ਰਹੇ ਅਕਾਲੀ ਪਾਰਟੀ, ਬਟ ਦਾ ਰਿਐਲਿਟੀ ਇਜ਼ ਜਿੱਥੇ ਕਿਤੇ ਵੀ ਕੋਈ ਝਗੜਾ ਹੋਇਆ, ਜਿਸ ਤਰ੍ਹਾਂ ਕਹਿੰਦੇ ਆ ਜਾਂ ਜਾਂ ਪਾਉ ਪੜੇ ਸੰਤਨ ਕੇ, ਜਿੱਥੇ ਜਿੱਥੇ ਇਹਨਾਂ ਦਾ ਦੇ ਆਰ ਦਾ ਪ੍ਰੋਬਲਮ ਕੁੱਟਮਾਰ ਕੀਤੀ ਗਈ ਹੈ। FIR ਤੋਂ ਜ਼ਿਆਦਾ ਮੈਂ ਸਮਝਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੰਬੀ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਵੀ ਉਹਨਾਂ ਨੇ ਆਪਣੇ ਉਸ ਅਧਿਕਾਰ ਖੇਤਰ ਤੋਂ ਅੱਗੇ ਜਾ ਕੇ ਤੇ ਉੱਥੇ ਇੱਕ ਗੁੰਡਾਗਰਦੀ ਦਾ ਮਾਹੌਲ ਪੈਦਾ ਕੀਤਾ।